ਇਹੋ ਮਨੁਆ ਦ੍ਰਿੜ ਕਰ ਰੱਖੀਐ ਗੁਰਮੁਖ ਲਾਈਐ ਚਿੱਤ। ਕਿਉਂ ਸਾਸ ਗਿਰਾਸ ਵਿਸਾਰੀਐ ਬਹਿੰਦਿਆਂ ਉੱਠਦਿਆਂ ਨਿੱਤ। ਗੁਰੂ ਪਿਆਰਿਓ, ਗੁਰੂ ਸਵਾਰਿਓ, ਧੰਨ ਗੁਰੂ ਗੋਬਿੰਦ ਸਿੰਘ ਜੀ। ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਕਮੈਂਟ ਵੀ ਜ਼ਰੂਰ ਕਰਿਆ ਕਰੋ। ਸਾਧ ਸੰਗਤ ਜਿਹੜੇ ਵੀਰ ਭੈਣ ਚੈਨਲ 'ਤੇ ਨਵੇਂ ਆਏ ਨੇ, ਸਾਰਿਆਂ ਦਾ ਧੰਨਵਾਦ ਅਤੇ ਬਹੁਤ ਬਹੁਤ ਸ਼ੁਕਰੀਆ ਜੀ। ਗੁਰਮੁਖ ਪਿਆਰਿਓ, ਆਪਾਂ ਅੱਜ ਬੇਨਤੀ ਨੂੰ ਸਮਝਾਂਗੇ ਦਸ਼ਮੇਸ਼ ਪਿਤਾ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪਹਿਲਾਂ। ਇਹ ਇੱਕ ਦਾਨ ਜ਼ਰੂਰ ਕਰਿਓ, ਗੁਰੂ ਸਾਹਿਬ ਝੋਲੀਆਂ ਭਰ ਦੇਣਗੇ ਤੁਹਾਡੀਆਂ। ਆਓ ਆਪਾਂ ਬੇਨਤੀਆਂ ਆਰੰਭ ਕਰੀਏ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਕਰਤਾ ਸਭ ਕੁਛ ਜਾਣਦਾ, ਜੋ ਜੀਆਂ ਅੰਦਰ ਵਰਤੈ। ਗੁਰੂ ਪਿਆਰਿਓ, ਤੂੰ ਕਰਤਾ, ਪਾਤਸ਼ਾਹ ਕਹਿੰਦੇ ਨੇ ਤੂੰ ਕਰਤਾ। ਹੁਣ ਪਰਮਾਤਮਾ ਨੂੰ ਕਿਹਾ, ਅਕਾਲ ਪੁਰਖ ਨੂੰ ਕਿਹਾ, ਉਹ ਸਭ ਕੁਛ ਜਾਣਦਾ ਹੈ। ਜੋ ਜੀਆਂ ਅੰਦਰ ਵਰਤੈ, ਜੋ ਮਨੁੱਖ ਦੇ ਅੰਦਰ ਵਰਤ ਰਿਹਾ ਹੈ, ਭਾਵ ਅੰਦਰ ਬੈਠਾ ਹੈ, ਅੰਦਰ ਹੀ ਬੈਠਾ ਹੈ, ਅੰਦਰ ਹੀ ਬੈਠਾ ਸਭ ਕੁਛ ਜਾਣਦਾ ਹੈ, ਅੰਦਰਲੀ ਕਾਰਜਕਾਰੀ ਚਲਾ ਰਿਹਾ, ਪਰ ਮਨੁੱਖ ਆਪਣੇ ਹਿਸਾਬ ਨਾਲ ਲੱਗਿਆ ਹੋਇਆ। ਗੁਰੂ ਪਿਆਰਿਓ, ਇੱਥੇ ਮੈਂ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਉਣਾ। ਦੇਖੋ ਦਸ਼ਮੇਸ਼ ਪਿਤਾ ਜੀ ਦਾ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ। ਗੁਰਮੁਖ ਪਿਆਰਿਓ, ਪ੍ਰਕਾਸ਼ ਪੁਰਬ ਆ ਰਿਹਾ ਹੈ ਅਤੇ ਆਪਾਂ ਪ੍ਰਕਾਸ਼ ਪੁਰਬ ਕਿਵੇਂ ਮਨਾਉਣਾ ਹੈ, ਆਪਾਂ ਪ੍ਰਕਾਸ਼ ਪੁਰਬ ਨੂੰ ਕਿਵੇਂ ਮਨਾਉਣਾ, ਕਿਵੇਂ ਮਨਾਈਏ? ਗੁਰਮੁਖੋ, ਆਪਾਂ ਪ੍ਰਕਾਸ਼ ਪੁਰਬ ਨੂੰ ਮਨਾਵਾਂਗੇ ਅਤੇ ਜਿਵੇਂ ਸਤਿਗੁਰੂ ਪਾਤਸ਼ਾਹ ਨੇ ਦਾਨ ਕੀਤੇ ਆਪਣੀ ਜ਼ਿੰਦਗੀ ਦੇ ਵਿੱਚੋਂ, ਆਪਾਂ ਗਿਆਨ ਦਾ ਦਾਨ ਕਰਨਾ ਹੈ। ਗਿਆਨ ਦਾ, ਹੁਣ ਵੇਖਿਓ ਗਿਆਨ ਦਾ ਦਾਨ ਕਿਵੇਂ ਕਰਾਂਗੇ। ਆਪਾਂ ਨੂੰ ਕੁਝ ਚੀਜ਼ ਦਾ ਪਤਾ ਹੈ, ਆਪਾਂ ਨੂੰ ਪਤਾ ਹੈ ਕਿ ਆਪਣੇ ਕੋਲ ਗਿਆਨ ਹੈ, ਗੁਰਬਾਣੀ ਦਾ ਪਾਠ ਹੈ, ਨਿਤਨੇਮ ਹੈ ਸੱਜਣੋ, ਅਤੇ ਆਪਾਂ ਗੁਰਬਾਣੀ ਦਾ ਨਿਤਨੇਮ ਅੱਗੇ ਵੀ ਵੰਡੀਏ। ਆਪਾਂ ਨੂੰ ਪਤਾ ਹੈ ਕਿ ਗੁਰੂ ਕਾ ਗਿਆਨ ਆਪਣੇ ਕੋਲ ਹੈ, ਜਿੰਨਾ ਕੁ ਹੈ ਉਸ ਗਿਆਨ ਨੂੰ ਅੱਗੇ ਵੰਡੀਏ, ਸਤਿਗੁਰੂ ਸੱਚੇ ਪਾਤਸ਼ਾਹ ਦੀ ਸਿੱਖਿਆ ਨੂੰ ਅੱਗੇ ਵੰਡੀਏ। ਇੱਕ ਇੱਕ ਇਨਸਾਨ ਨੂੰ ਆਪਾਂ ਗੁਰੂ ਦਾ ਗਿਆਨ ਦੇਈਏ, ਆਪਣੇ ਮਿੱਤਰ ਦੋਸਤ ਨੂੰ ਗੁਰੂ ਘਰ ਨਾਲ ਜੋੜੀਏ, ਗੁਰਬਾਣੀ ਨਾਲ ਜੋੜੀਏ। ਮੇਰੀਆਂ ਭੈਣਾਂ ਆਪਣੀਆਂ ਸਹੇਲੀਆਂ ਨੂੰ, ਆਪਣੇ ਸਕੇ ਸੰਬੰਧੀਆਂ ਰਿਸ਼ਤੇਦਾਰਾਂ ਨੂੰ ਗੁਰੂ ਨਾਲ ਜੋੜਨ, ਫਿਰ ਗੱਲ ਬਣੇਗੀ ਦਾਨ। ਕਿਉਂਕਿ ਪਾਤਸ਼ਾਹ ਨੇ ਸਭ ਤੋਂ ਵੱਡੀ ਗੱਲ ਹੈ ਕਿ ਉਦੋਂ ਗੁਰਮਤ ਦਾ ਦਾਨ ਕੀਤਾ ਹੈ, ਗਿਆਨ ਦਾ ਦਾਨ ਕੀਤਾ ਹੈ ਪੂਰੀ ਸਮੁੱਚੀ ਮਨੁੱਖਤਾ ਨੂੰ। ਗੁਰੂ ਨਾਨਕ ਪਾਤਸ਼ਾਹ ਨੇ ਇਹ ਕਾਰਜ ਕੀਤਾ, ਫਿਰ ਬਾਗਡੋਰ ਦੂਸਰੇ ਪਾਤਸ਼ਾਹ ਗੁਰੂ ਅੰਗਦ ਪਾਤਸ਼ਾਹ ਦੇ ਕੋਲ ਆਈ, ਉਹਨਾਂ ਨੇ ਵੀ ਇਹੋ ਕਾਰਜ ਕੀਤਾ, ਮਨੁੱਖਤਾ ਦੀ ਸੇਵਾ ਅਤੇ ਮਨੁੱਖਤਾ ਨੂੰ ਗੁਰੂ ਦਾ ਗਿਆਨ ਦਿੱਤਾ, ਜੋ ਭੁੱਲੇ ਭਟਕੇ ਲੋਕ ਸਨ। ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਪਾਤਸ਼ਾਹ, ਗੁਰੂ ਪਿਆਰਿਓ ਮੇਰੇ ਪਾਤਸ਼ਾਹ ਹਰਰਾਜ ਸਾਹਿਬ, ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਪਾਤਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਦਸਾਂ ਹੀ ਪਾਤਸ਼ਾਹੀਆਂ ਨੇ ਇੱਕੋ ਚੀਜ਼ ਕੀਤੀ, ਉਹ ਪੂਰੀ ਮਨੁੱਖਤਾ ਨੂੰ ਸਿੱਧੇ ਮਾਰਗ 'ਤੇ ਪਾਇਆ, ਸਿੱਧੇ ਮਾਰਗ 'ਤੇ ਪਾਇਆ। ਉਹਨਾਂ ਨੇ ਗਿਆਨ ਦਾ ਦਾਨ ਕੀਤਾ ਅਤੇ ਆਪਾਂ ਵੀ ਆਪਣੇ ਜੀਵਨ 'ਚ ਜ਼ਰੂਰ ਕੀਏ। ਮੈਂ ਕਹਿੰਦਾ ਆਪਣੇ ਜੀਵਨ ਦੇ ਵਿੱਚੋਂ
ਗੁਰੂ ਪਿਆਰਿਓ, ਜੇ ਇੱਕ ਵੀ ਮਨੁੱਖ ਨੂੰ ਆਪਾਂ ਗੁਰੂ ਨਾਲ ਜੋੜ ਦਿੱਤਾ, ਇੱਕ ਵੀ ਮਨੁੱਖ ਨੂੰ ਗੁਰੂ ਦੇ ਲੜ ਲਾ ਦਿੱਤਾ, ਤਾਂ ਸਭ ਤੋਂ ਵੱਡੀ ਗੱਲ ਹੈ, ਸਾਡਾ ਜੀਵਨ ਸਫਲ ਹੋ ਗਿਆ। ਗੁਰਮੁਖ ਪਿਆਰਿਓ, ਪਾਤਸ਼ਾਹ ਕਹਿੰਦੇ, ਇਹੋ ਮਨੁਆ ਦ੍ਰਿੜ ਕਰ ਰੱਖੀਐ, ਗੁਰਮੁਖ ਲਾਹੀਐ ਚਿੱਤ। ਇਹੋ ਮਨੁਆ, ਇਹ ਮਨ ਨੂੰ ਸੱਜਣੋ ਯਾਦ ਰੱਖਿਓ, ਪਾਤਸ਼ਾਹ ਕਹਿੰਦੇ ਇਹ ਮਨ ਨੂੰ ਦ੍ਰਿੜ ਦੇ ਨਾਲ, ਵਿਸ਼ਵਾਸ ਦੇ ਨਾਲ ਭਰ ਕੇ ਗੁਰੂ ਨਾਲ ਜੋੜ ਕੇ ਰੱਖਣਾ। ਗੁਰਮੁਖ ਲਾਈਐ ਚਿੱਤ, ਗੁਰ ਪਲੱਸ ਮੁੱਖ, ਗੁਰੂ ਨਾਲ ਜੁੜ ਕੇ ਰਹਿਣਾ। ਇਸ ਮੁੱਖ ਦੇ ਨਾਲ ਗੁਰੂ ਦੇ ਸ਼ਬਦ ਉਚਾਰਨੇ ਨੇ, ਬਾਣੀ ਨੂੰ ਪੜ੍ਹਨਾ, ਉਹਦੇ ਬਾਣੀ ਦੇ ਸ਼ਬਦਾਂ ਦੇ ਨਾਲ ਆਪਣੇ ਚਿੱਤ ਨੂੰ ਜੋੜ ਕੇ ਰੱਖਣਾ ਹੈ, ਗੁਰੂ ਦੀ ਸਿੱਖਿਆ ਨਾਲ ਜੋੜ ਕੇ ਰੱਖਣਾ। ਪਾਤਸ਼ਾਹ ਕਹਿੰਦੇ ਫਿਰ ਕਿਰਪਾ ਵਰਤਣੀ ਹੈ, ਫਿਰ ਰਹਿਮਤ ਵਰਤਣੀ ਹੈ। ਯਾਦ ਰੱਖਿਓ ਸੱਜਣੋ ਕਿ ਪਾਤਸ਼ਾਹ ਨੇ ਜਿਸ ਦਿਨ ਕਿਰਪਾ ਕਰ ਦਿੱਤੀ, ਮੇਰੇ ਸਤਿਗੁਰੂ ਨੇ ਜਿਸ ਦਿਨ ਰਹਿਮਤ ਕਰ ਦਿੱਤੀ, ਉਸ ਦਿਨ ਯਾਦ ਆਵੇਗਾ ਕਿ ਆਪਾਂ ਸਹੀ ਹਾਂ, ਸਹੀ ਮਾਰਗ ਚੁਣਿਆ ਸੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਦੇ ਮਾਰਗ ਨੂੰ ਚੁਣੀਏ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਨੂੰ ਪੜ੍ਹਨ ਦੇ ਲਈ ਆਪਾਂ ਪ੍ਰੇਰਿਤ ਹੋਈਏ। ਇਉਂ ਕਿਉਂ ਸਾਸ ਗੇ ਰਹੱਸ ਵਿਸਾਰੀ ਹੈ, ਬਹਿੰਦਿਆਂ ਉੱਠਦਿਆਂ ਨਿੱਤ। ਕਿਉਂ? ਇੱਥੇ ਸਵਾਲ ਕਰ ਦਿੱਤਾ, ਜਿਸ ਪਾਤਸ਼ਾਹ ਨੇ ਤੈਨੂੰ ਇੰਨਾ ਕੁਝ ਦਿੱਤਾ, ਤੇਰੇ ਜੀਵਨ ਦੇ ਵਿੱਚ ਸੁੱਖ ਸਹੂਲਤਾਂ ਤੈਨੂੰ ਦਿੱਤੀਆਂ, ਸੱਜਣਾ ਕਿਉਂ ਤੂੰ ਉਹਨੂੰ ਭੁੱਲਦਾ ਜਾ ਰਿਹਾ, ਕਿਉਂ ਤੂੰ ਉਹਨੂੰ ਵਿਸਾਰਦਾ ਜਾ ਰਿਹਾ ਹੈ। ਮੈਂ ਆਰੰਭ ਵਿੱਚ ਬੇਨਤੀ ਕੀਤੀ ਕਿ ਗਿਆਨ ਦਾ ਆਪਾਂ ਨੇ ਹੋਰ ਪਸਾਰਾ ਕਰਨਾ, ਆਪਣੇ ਜੀਵਨ ਦੇ ਵਿੱਚ ਹੋਰ ਗਿਆਨ ਵੰਡਣਾ। ਜੇ ਆਪਣੇ ਕੋਲ ਨਹੀਂ, ਪਹਿਲਾਂ ਆਪ ਗਿਆਨਵਾਨ ਹੋਈਏ, ਆਪ ਗਿਆਨ ਨੂੰ ਲਈਏ, ਸਤਿਗੁਰੂ ਦੀ ਸਿੱਖਿਆ ਨੂੰ ਲਈਏ, ਫਿਰ ਅੱਗੇ ਸਤਿਗੁਰੂ ਦੀ ਸਿੱਖਿਆ ਨੂੰ ਵੰਡੀਏ। ਪਾਤਸ਼ਾਹ ਕਹਿੰਦੇ ਕਿਉਂ ਕਿਉਂ ਆਪਣੇ ਜੀਵਨ ਨੂੰ ਬਰਬਾਦ ਕਰ ਰਿਹਾ ਗੁਰੂ ਨਾਲੋਂ ਟੁੱਟ ਕੇ? ਅੱਜ ਮਨੁੱਖ ਦਾਰੂ ਪੀ ਰਿਹਾ, ਭਾਂਤ ਭਤੇਲੇ ਨਸ਼ੇ ਕਰ ਰਿਹਾ, ਵਿਕਾਰਾਂ ਦੇ ਵਿੱਚ ਜ਼ਿੰਦਗੀ ਨੂੰ ਹੰਢਾ ਕੇ ਬੈਠਾ, ਅਤੇ ਭੈਣਾਂ ਸਾਡੀਆਂ ਚੁਗਲੀਆਂ ਵਿੱਚ ਲੱਗੀਆਂ ਹੋਈਆਂ ਨੇ। ਹੋਰ ਕਿਤੇ ਨਾ ਕਿਤੇ ਸਾਡੇ ਇਹੋ ਜਿਹੇ ਕਾਰਜ ਨੇ ਜੋ ਦੁਨਿਆਵੀ ਚੱਲਦੇ ਨੇ, ਜਿਹੜੇ ਕਿ ਇੱਥੇ ਬਿਆਨ ਨਹੀਂ ਹੋ ਸਕਦੇ। ਗੁਰਮੁਖੋ, ਵਿਕਾਰਾਂ ਦੇ ਵਿੱਚ ਜ਼ਿੰਦਗੀ ਕੱਢੀ ਜਾਂਦੀ ਹੈ, ਵਿਕਾਰਾਂ ਦੇ ਵਿੱਚ ਹੀ ਨਿਕਲ ਜਾਂਦੀ ਹੈ ਸਾਰੀ ਜ਼ਿੰਦਗੀ। ਪਾਤਸ਼ਾਹ ਨੇ ਇੱਥੇ ਇਸੇ ਕਰਕੇ ਸਵਾਲ ਕੀਤਾ, ਕਿਉਂ ਕਿਉਂ ਸਾਸ ਗੇ ਰਹੱਸ ਵਿਸਾਰੀ ਹੈ, ਕਿਉਂ ਉਹਨੂੰ ਵਿਸਾਰ ਰਿਹਾ ਸੱਜਣਾ, ਉਹਨੂੰ ਕਿਉਂ ਭੁੱਲਦਾ ਜਾ ਰਿਹਾ? ਵਹਿੰਦਿਆਂ ਉੱਠਦਿਆਂ ਨਿੱਤ, ਤੂੰ ਤਾਂ ਉਹਨੂੰ ਯਾਦ ਹੀ ਨਹੀਂ ਕਰ ਰਿਹਾ। ਸੌਣਾ ਹੈ, ਸਵੇਰੇ ਉੱਠ ਖੜਦਾ, ਦਿਨੇ ਆਪਣੇ ਕਾਰਜਾਂ ਵਿੱਚ ਲੱਗ ਜਾਂਦੇ, ਤੈਨੂੰ ਭੁੱਲਿਆ ਪਿਆ, ਤੈਨੂੰ ਵਿਸਰਿਆ ਪਿਆ, ਕਿਉਂ ਨਹੀਂ ਉਹਨੂੰ ਯਾਦ ਕਰ ਰਿਹਾ? ਕਿੱਥੇ ਤੇ ਪਾਤਸ਼ਾਹ ਨੂੰ ਤੂੰ ਯਾਦ ਕਰਨਾ ਸੀ, ਸਤਿਗੁਰੂ ਦੀਆਂ ਰਹਿਮਤਾਂ ਤੋਂ ਬਲਿਹਾਰ ਜਾਣਾ ਸੀ, ਤੂੰ ਉਹਦਾ ਸ਼ੁਕਰਾਨਾ ਕਰਨਾ ਸੀ, ਤੇ ਤੇਰੀ ਜ਼ੁਬਾਨ ਨੇ ਉਹਦਾ ਸ਼ੁਕਰਾਨਾ ਕਰਦੇ ਨਾ ਸੀ ਥੱਕਣਾ ਸੱਜਣਾ, ਪਰ ਤੂੰ ਤੈਨੂੰ ਭੁੱਲ ਕੇ ਬੈਠ ਗਿਆ, ਵਿਸਾਰ ਕੇ ਬੈਠ ਗਿਆ। ਕਿੱਥੇ ਜਾਏਗਾ, ਕਿਵੇਂ ਕਰੇਗਾ, ਕੀ ਕਰੇਗਾ? ਪਿਆਰਿਆ, ਯਾਦ ਰੱਖੀ ਕਿ ਪਾਤਸ਼ਾਹ ਤੋਂ ਬਿਨਾਂ ਤੇਰਾ ਕੋਈ ਨਹੀਂ ਹੈ, ਸਤਿਗੁਰੂ ਤੋਂ ਬਿਨਾਂ ਤੇਰਾ ਕੋਈ ਨਹੀਂ ਹੈ। ਗੁਰਮੁਖ ਪਿਆਰਿਓ, ਮੈਂ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾ ਦਿਆਂ। ਪਾਤਸ਼ਾਹ ਕਹਿੰਦੇ ਨੇ, ਮਰਨ ਜੀਵਨ ਕੀ ਚਿੰਤਾ ਗਈ, ਇਹੋ ਜੀਅੜਾ ਹਰ ਪ੍ਰਭ ਵਸ। ਮਰਨ ਜੀਵਨ ਦੀ ਚਿੰਤਾ ਜਿਹੜੀ ਸੀ ਉਹ ਚਲੀ ਗਈ, ਮਿਟ ਗਈ। ਕਿਵੇਂ ਮਿਟ ਗਈ? ਗੁਰੂ ਦੇ ਸ਼ਬਦ ਨਾਲ, ਗੁਰੂ ਦੀ ਸਿੱਖਿਆ ਨਾਲ। ਗੁਰਮੁਖ ਪਿਆਰਿਓ, ਇਹੋ ਜੀਅੜਾ ਹਰ ਪ੍ਰਭ ਵਸ, ਇਹ ਜਿਹੜਾ ਜੀਅੜਾ ਸੀ ਨਾ, ਇਹ ਜਿਹੜਾ ਮਨ ਸੀ, ਇਹ ਭੱਜਦਾ ਸੀ, ਇਹ ਦੌੜਦਾ ਸੀ, ਇਹਨੂੰ ਗੁਰੂ ਨੇ ਹੁਣ ਆਪਣੇ ਨਾਲ ਜੋੜ ਲਿਆ। ਗੁਰੂ ਨਾਲ ਜਦੋਂ ਆਪਾਂ ਉਪਰਾਲਾ ਕਰਕੇ ਜੋੜ ਦਿੱਤਾ ਨਾ, ਗੁਰੂ ਨੇ ਆਪਣੇ ਵਸ ਵਿੱਚ ਇਹਨੂੰ ਕਰ ਲਿਆ।
ਫਿਰ ਕਿਰਪਾ ਹੋ ਗਈ। ਫਿਰ ਕਹਿੰਦੇ ਰਹਿਮਤ ਵਰਤ ਗਈ, ਫਿਰ ਇੰਨੀ ਕੁ ਕਿਰਪਾ ਹੋਈ, ਇੰਨੀ ਕੁ ਕਿਰਪਾ ਹੋਈ ਕਿ ਸਤਿਗੁਰੂ ਨੇ ਸਾਰੀਆਂ ਚਿੰਤਾਵਾਂ ਅਤੇ ਆਸਾਂ ਹੀ ਖਤਮ ਕਰ ਦਿੱਤੀਆਂ, ਲਾਲਚ ਖਤਮ ਕਰ ਦਿੱਤੇ, ਲੋਭ ਖਤਮ ਕਰ ਦਿੱਤੇ। ਪਾਤਸ਼ਾਹ ਨੇ ਆਪਣੇ ਮੁਤਾਬਕ ਕਰ ਲਿਆ, ਇੱਕ ਇੱਕ ਚੀਜ਼ ਨੂੰ ਆਪਣੇ ਮੁਤਾਬਕ ਚੱਲ ਗਿਆ। ਸਤਿਗੁਰੂ ਨੇ ਕਿਰਪਾ ਕਰ ਦਿੱਤੀ, ਇਹ ਹੋ ਮਨੁਆ ਦ੍ਰਿੜ ਕਰ ਰੱਖੀਏ ਗੁਰਮੁਖ ਲਾਈਏ ਚਿੱਤ। ਬਸ ਆਹ ਚੀਜ਼ ਵਰਤ ਗਈ ਸੱਜਣੋ, ਯਾਦ ਰੱਖਿਓ ਪਾਤਸ਼ਾਹ ਕਹਿੰਦੇ ਨੇ ਇਹ ਮਨ ਨੂੰ ਦ੍ਰਿੜਤਾ ਦੇ ਦਿੱਤੀ, ਵਿਸ਼ਵਾਸ ਦੇ ਦਿੱਤਾ, ਗੁਰਮੁਖ ਲਾਈਏ ਚਿੱਤ, ਅਤੇ ਗੁਰੂ ਦੇ ਨਾਲ ਇਸ ਮੁੱਖ ਨੂੰ ਜੋੜ ਦਿੱਤਾ, ਪਾਤਸ਼ਾਹ ਦੇ ਨਾਮ ਦੇ ਨਾਲ ਇਸ ਮਨੁੱਖ ਨੂੰ ਸੋਝ ਪੈ ਗਈ, ਗੁਰੂ ਦੇ ਗਿਆਨ ਦੇ ਨਾਲ ਇਹ ਮਨੁੱਖ ਜਿਹੜਾ ਹੈ ਉਸ ਮਾਰਗ 'ਤੇ ਤੁਰ ਪਿਆ, ਅਤੇ ਸੱਜਣੋ ਇਸ ਮੁੱਖ ਦੇ ਨਾਲ ਉਹ ਗੁਰੂ ਦਾ ਸਿਮਰਨ ਕਰਨ ਲੱਗ ਪਿਆ, ਉਹਦਾ ਚਿੱਤ ਜੁੜ ਗਿਆ, ਅਤੇ ਪਾਤਸ਼ਾਹ ਨੇ ਆਪ ਹੀ ਰਹਿਮਤ ਕਰ ਦਿੱਤੀ, ਵਰਤਾ ਦਿੱਤੀ। ਇੱਦਾਂ ਕਿਰਪਾ ਹੋਈ ਹੈ ਜੀ। ਗੁਰਮੁਖ ਪਿਆਰਿਓ, ਮੈਂ ਬੇਨਤੀ ਕਰਨਾ ਕਿ ਪ੍ਰਕਾਸ਼ ਪੁਰਬ ਆ ਰਿਹਾ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਸਵੇਂ ਪਾਤਸ਼ਾਹ ਦਾ, ਕੋਸ਼ਿਸ਼ ਕਰਿਓ ਕਿ ਆਪਣੇ ਜੀਵਨ ਦੇ ਵਿੱਚ ਇਹ ਚੀਜ਼ ਆਪਾਂ ਜ਼ਰੂਰ ਲੈ ਕੇ ਆਈਏ, ਗੁਰਬਾਣੀ ਦੇ ਪਾਠ ਕਰੀਏ, ਨਿਤਨੇਮ ਕਰੀਏ। ਗੁਰਮੁਖ ਪਿਆਰਿਓ, ਆਪਣੇ ਜੀਵਨ ਦੇ ਵਿੱਚ ਆਪਾਂ ਜੇ ਆਪ ਗਿਆਨਵਾਨ ਹਾਂ ਅਤੇ ਦੂਸਰੇ ਨੂੰ ਗਿਆਨ ਵੰਡੀਏ, ਇੱਕ ਇੱਕ ਮਨੁੱਖ ਆਪਣੇ ਆਪਣੇ ਵਿੱਚ ਧਿਆਨ ਮਾਰ ਕੇ ਆਪ ਗੁਰੂ ਵਾਲਾ ਬਣ ਜਾਏ, ਫਿਰ ਉਹੀ ਗਿਆਨ ਨੂੰ ਦੁਨੀਆਂ ਵਿੱਚ ਵੰਡ ਕੇ ਹੋਰ ਮੇਰੇ ਪਾਤਸ਼ਾਹ ਦੀ ਬਾਣੀ ਦਾ, ਸਤਿਗੁਰੂ ਦੇ ਗਿਆਨ ਦਾ ਪਸਾਰਾ ਕਰੇ। ਸੱਜਣੋ ਇਹ ਸਭ ਤੋਂ ਬਹੁਤ ਜ਼ਰੂਰੀ ਹੈ, ਸਭ ਤੋਂ ਵੱਡੀ ਗੱਲ ਹੈ, ਸਭ ਤੋਂ ਅਹਿਮੀਅਤ ਗੱਲ ਵਾਲੀ ਗੱਲ ਹੈ, ਸਾਨੂੰ ਕਰਨੀ ਚਾਹੀਦੀ ਹੈ, ਕਰੀਏ। ਪਾਤਸ਼ਾਹ ਜੀ ਕਿਰਪਾ ਕਰਨ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਧੰਨ ਗੁਰੂ ਗੋਬਿੰਦ ਸਿੰਘ ਜੀ, ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਕਮੈਂਟ ਵੀ ਜ਼ਰੂਰ ਕਰਿਓ। ਸਾਰ ਸੰਗਤ ਬੇਨਤੀਆਂ ਕਰੋ ਪ੍ਰਵਾਨ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।